10ਵੀਂ ਜਮਾਤ ਦੇ ਗਣਿਤ ਵਿਸ਼ੇ ਦਾ ਨੋਵਾਂ ਲੈਸਨ ਹੈ ਤਿਕੋਣਮਿਤੀ ਦੇ ਕੁਝ ਉਪਯੋਗ ਇਸ ਲੈਸਨ ਦੇ ਵਿੱਚ 7 ਉਦਾਹਰਨਾਂ ਹਨ ਤੇ ਇੱਕੋ ਇੱਕ ਐਕਸਰਸਾਈਜ਼ ਹੈ 9.1 ਇਸ ਐਕਸਰਸਾਈਜ਼ ਦੇ ਸਵਾਲ ਹਨ 16 ਟੋਟਲ 23 ਸਵਾਲ ਹਨ ਜਿਹੜੇ ਅਸੀਂ ਹੱਲ ਕਰਨੇ ਹਨ ਕਈ ਬੱਚਿਆਂ ਨੂੰ ਇਹ ਸਵਾਲ ਹੱਲ ਕਰਨ 'ਚ ਕਾਫੀ ਦਿੱਕਤ ਪੇਸ਼ ਆਂਦੀ ਹੈ لیکن ਅਸੀਂ ਪ੍ਰੈਕਟੀਕਲ ਤਰੀਕੇ ਦੇ ਨਾਲ ਕੋਸ਼ਿਸ਼ ਕਰਾਂਗੇ ਇਹਨਾਂ ਸਵਾਲਾਂ ਨੂੰ ਹੱਲ ਕਰਨ ਦੀ। ਤੋਂ ਇੱਕ ਦਿਨ ਦੇ ਵਿੱਚ ਅਸੀਂ ਇੱਕ ਵੀਡੀਓ ਜਿਹੜਾ ਹੈ ਅਪਲੋਡ ਕਰਿਆ ਕਰਾਂਗੇ। ਜਿਨ੍ਹਾਂ ਬੱਚਿਆਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਸਕਦੇ ਹਨ। ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਵਿਨੋਦ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ Explore The Practical ਅਸੀਂ ਸ਼ੁਰੂ ਕਰੀਏ ਪਹਿਲੀ ਐਗਜ਼ਾਮਪਲ ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੋਂ ਪੜ੍ਹ ਸਕਦੇ ਹੋ ਧਰਤੀ ਤੇ ਇੱਕ ਮিনার ਸਿੱਧੀ ਖੜੀ ਹੈ ਦੇਖ ਲਓ ਧਰਤੀ ਤੇ ਇੱਕ ਮিনার ਸਿੱਧੀ ਖੜੀ ਹੈ ਧਰਤੀ ਦੇ ਇੱਕ ਬਿੰਦੂ ਤੋਂ ਜੋ ਮিনার ਦੇ ਆਧਾਰ ਬਿੰਦੂ ਤੋਂ 15 ਮੀਟਰ ਦੂਰ ਹੈ ਮিনার ਦੇ ਸਿਖਰ ਦਾ ਉਚਾਨ ਕੋਣ 60 ਡਿਗਰੀ ਹੈ ਮিনার ਦੀ ਉਚਾਈ ਪਤਾ ਕਰੋ ਬੜੇ ਈਜ਼ੀ ਸਵਾਲ ਨੇ ਇਹ ਸਵਾਲ ਬੜੇ ਇੰਪੋਰਟੈਂਟ ਨੇ ਇਹਨੂੰ ਧਿਆਨ ਨਾਲ ਤੁਸੀਂ ਸਮਝਣਾ ਹੈ ਅਸੀਂ ਇੱਕ ਇੱਕ ਗੱਲ ਜਿਹੜੀ ਹੈ ਇਹਨੂੰ ਆਰਾਮ ਦੇ ਨਾਲ ਕਰਾਂਗੇ ਸਿੱਖਾਂਗੇ ਧਿਆਨ ਦੇ ਨਾਲ ਤੋਂ ਅਸੀਂ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਇੱਕ ਇੱਕ ਗੱਲ ਪਹਿਲਾਂ ਅਸੀਂ ਚਿੱਤਰ ਬਣਾਵਾਂਗੇ ਇੱਕ ਇੱਕ ਗੱਲ ਨੂੰ ਅਸੀਂ ਨਾਲ-ਨਾਲ ਪੜਦੇ ਜਾਵਾਂਗੇ ਨਾਲ-ਨਾਲ ਕਰਦੇ ਜਾਵਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਿਆ ਕਿ ਇੱਕ ਮিনার ਹੈ ਧਰਤੀ ਦੇ ਉੱਤੇ ਇੱਕ ਮিনার ਹੈ ਜਿਹੜੀ ਕਿ ਸਿੱਧੀ ਖੜੀ ਹੈ ਸਿੱਧੀ ਖੜੀ ਤੋਂ ਭਾਵ ਇਹ ਹੀ ਹੈ ਕਿ ਇਹ ਜਿਹੜੀ ਮিনার ਹੈ ਇਹ ਜ਼ਮੀਨ ਦੇ ਨਾਲ 90 ਡਿਗਰੀ ਦਾ ਕੋਣ ਬਣਾਉਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਇਹ ਉਚਾਈ ਹੈ ਮিনার ਦੀ ਇੱਥੋਂ ਲੈ ਕੇ ਮੈਂ ਦਿਖਾ ਦਾਂ ਤੁਹਾਨੂੰ ਇੱਥੋਂ ਲੈ ਕੇ ਤੇ ਇੱਥੋਂ ਤੱਕ ਤਰਤੀ ਦੇ ਇੱਕ ਬਿੰਦੂ ਤੋਂ ਇਹ ਇਹ ਉਹ ਬਿੰਦੂ ਹੈ ਜਿੱਥੋਂ ਇਹ ਗੁਰੂ ਗੱਲ ਕਰ ਰਿਹਾ ਇਹ 15 ਮੀਟਰ ਦੂਰ ਹੈ ਜੋ ਮিনার ਦੇ ਆਧਾਰ ਬਿੰਦੂ ਤੋਂ 15 ਮੀਟਰ ਦੂਰ ਹੈ ਠੀਕ ਹੈ ਐਨੇ ਐਨੇ ਸਾਰੇ ਬੱਚਿਆਂ ਨੂੰ ਸਮਝ ਆ ਗਈ ਹੋਏਗੀ ਤੇ ਜਿਹੜਾ ਉਚਾਨ ਕੋਣ ਹੈ ਇਸ ਜਗ੍ਹਾ ਦੇ ਉੱਤੇ ਜਿਹੜਾ ਉਚਾਨ ਕੋਣ ਬਣ ਰਿਹਾ ਮੈਂ ਜਿੰਨੇ ਦੱਸ ਦਿਆਂ ਤੁਹਾਨੂੰ ਇੱਥੇ ਜਿਹੜਾ ਉਚਾਨ ਕੋਣ ਬਣ ਰਿਹਾ ਇਹ ਜਿਹੜਾ ਉਚਾਨ ਕੋਣ ਹੈ ਉਹ 60 ਡਿਗਰੀ ਦਾ ਹੈ ਅਸੀਂ ਮੀਨਾਰ ਦੀ ਜਿਹੜੀ ਉਚਾਈ ਹੈ ਇੱਥੋਂ ਲੈ ਕੇ ਇੱਥੋਂ ਤੱਕ ਉਹ ਪਤਾ ਕਰਨੀ ਹੈ ਏ ਅਸੀਂ ਹੁਣ ਇਹਨੂੰ ਨਾਮਕਰਨ ਕਰਦੇ ਆ ਇਹਦਾ ਅਸੀਂ ਨਾਂ ਏ ਲਿਖ ਦਿੰਦੇ ਆ ਇਹ ਥੱਲੇ ਤੁਸੀਂ ਦੇਖਿਆ ਹੋਏਗਾ ਜਿੱసే ਇੱਥੇ ਅਸੀਂ ਬੀ ਲਿਖਿਆ ਤੇ ਨਾਲ ਅਸੀਂ ਸੀ ਲਿਖਿਆ ਹੁਣ ਅਸੀਂ ਸ਼ੁਰੂ ਕਰੀਏ ਅਸੀਂ ਮੀਨਾਰ ਦੀ ਉਚਾਈ ਜਿਹੜੀ ਹੈ ਉਹ ਐਚ ਮੰਨ ਲਈ ਮੰਨ ਲਓ ਮੀਨਾਰ ਦੀ ਉਚਾਈ ਐਚ ਜਿਹੜੀ ਚੀਜ਼ ਅਸੀਂ ਕੱਢਣੀ ਹੈ ਇੱਥੋਂ ਲੈ ਕੇ ਇੱਥੋਂ ਤੱਕ ਅਸੀਂ ਐਚ ਮੰਨ ਲਈ ਤੁਸੀਂ ਤੁਸੀਂ ਦੇਖ ਰਹੇ ਹੋ ਅਸੀਂ ਐਚ ਮੰਨ ਲਈ ਫਿਰ ਅਸੀਂ ਕੀ ਕਰਨਾ ਸਮਕੋਣ ਤਿਕੋਣ ABC ਐ ਮੈਂ ਦੱਸਿਆ ਨਾ ਕਿ ਇਹ ਜਿਹੜੀ ਸਾਡੀ ਤਿਕੋਣ ਹੈ 90 ਡਿਗਰੀ ਦਾ ਜਿਹੜੀ ਸਮਕੋਣ ਤਿਕੋਣ ਹੈ ਕੋਣ 90 ਦਾ ਹੈ ABC ਦੇ ਵਿੱਚ ਕੀ ਹੈ tan 60° ਬਰਾਬਰ ਹੈ ab/bc ਕਿਉਂਕਿ ਹੁਣ ਤੱਕ ਤੁਸੀਂ ਕਾਫੀ ਕੁਝ ਸਿੱਖ ਕੇ ਆਏ ਹੋ ਟ੍ਰਿਗਨੋਮੈਟਰੀ ਦੇ ਬਾਰੇ ਪਿਛਲੇ ਚੈਪਟਰ ਦੇ ਵਿੱਚ ਇਸ ਲਈ ਹੁਣ ਅਸੀਂ tan 60° ਜਿਹੜਾ ਹੈ ਉਹ ab/bc ਹੁੰਦਾ ਹੈ ਇਹ ਜਿਹੜਾ ਸਾਡਾ ਲੰਭ ਹੈ ਲੰਭ ਜਿਹੜਾ ਹੈ ਆਧਾਰ ਉਹ tan ਹੁੰਦਾ ਹੈ ਤੇ tan ਕਿੰਨਾ ਹੁੰਦਾ ਜਿੰਨਾ ਇਹ ਕੋਣ ਹੋਵੇ ਅੱਗੇ ਚੱਲੀਏ ਹੁਣ ਅਸੀਂ ਕੀ ਕਰਾਂਗੇ tan ਦਾ ਜਿਹੜਾ ਮੁੱਲ ਹੈ ਉਹ ਭਰ ਦੇਾਂਗੇ tan ਦਾ ਮੁੱਲ ਤੁਸੀਂ ਅ ਯਾਦ ਰੱਖਣਾ ਮੁੰਜਵਾਨੀ ਕਿੰਨਾ ਹੁੰਦਾ ਹੈ ਇਹ ਦੇਖੋ ਅੰਡਰ ਰੂਟ 3 ਹੁੰਦਾ ਹੈ ਅੰਡਰ ਰੂਟ 3 ਬਰਾਬਰ ਹੈ a b ਅਸੀਂ h ਮੰਨੇ ਹੋਇਆ ਤੇ b c ਦਾ ਜਿਹੜਾ ਮੁੱਲ ਹੈ ਉਹ 15 ਮੀਟਰ ਹੈ 15 ਆ ਗਿਆ h ਬਰਾਬਰ ਹੈ ਅਸੀਂ ਜਦੋਂ ਇਹਨੂੰ ਮਲਟੀਪਲਾਈ ਕਰਾਂਗੇ ਕਰਾਸ ਤੇ 15 ਵਰਗਮੂਲ 3 ਨਾ ਜਾਏਗਾ ਤੋ ਬੱਚਿਓ ਇਸ ਪ੍ਰਕਾਰ ਅਸੀਂ ਇਹ ਸਵਾਲ ਹੱਲ ਕਰ ਚੁੱਕੇ ਹਾਂ ਇਸ ਲਈ ਮੀਨਾਰ ਦੀ ਜਿਹੜੀ ਉਚਾਈ ਹੈ ਉਹ ਕਿੰਨੀ ਹੈ 15 ਵਰਗਮੂਲ 3 ਮੀਟਰ ਹੈ ਇੰਨਾ ਜਵਾਬ ਹੈ ਇਸ ਕੁਐਸਚਨ ਦਾ ਬੜਾ ਇਹ ਸਵਾਲ ਸੀ ਕੁਝ ਔਖਾ ਨਹੀਂ ਇਹਦੇ ਵਿੱਚ ਬੜਾ ਸੁੱਖਾ ਹੈ ਇਹਦੇ ਵਿੱਚ ਮੇਨ ਨਹੀਂ ਸੀ ਕਿ ਟੈਨ 60 ਡਿਗਰੀ ਦਾ ਜਿਹੜਾ ਮੁੱਲ ਤੁਸੀਂ ਯਾਦ ਰੱਖਣਾ ਹੈ ਕਿ ਅੰਡਰ ਰੂਟ 3 ਹੁੰਦਾ ਹੈ ਵਰਗਮੂਲ 3 ਹੁੰਦਾ ਹੈ ਟੈਨ 60 ਦਾ ਮੁੱਲ